स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं ये पिंड कौणी कौणी पिंड श्री मुक्तसर साहब जिले का है। नेड़े दे जे पिंडां दी गल करदे हां दसो तां बिल्कुल नाल दा पिंड दोदा दूजे पासे मल्लण इहदे नेड़ है। सो कौणी दे विचों वीडियो बना रहे हैं ते जिहड़े घर चों वीडियो बना रहे हैं बाई नूं शौक है जर्सी नसल दा। ਤੁਸੀਂ ਇਸ ਟਾਈਮ ਜਿਹੜਾ ਉਹ ਘਰ ਦੇ ਵਿੱਚ ਪਸ਼ੂ ਦੇਖੋਗੇ ਤਾਂ ਸਾਰੇ ਨਗ ਜਰਸੀ ਬਰੀਡ ਦੇ ਹੀ ਬਾਈ ਕੋਲ ਰੋਕੇ ਵੇ ਆ। ਇਹਨਾਂ ਤੋਂ ਬਿਨਾਂ ਵੀ ਦੋ ਗਾਵਾਂ ਅੰਦਰ ਹੋਰ ਖੜੀਆਂ ਜਿਹੜੀਆਂ ਜਰਸੀ ਬਰੀਡ ਦੀਆਂ। ਅੱਜ ਦੀ ਜਿਹੜੀ ਵੀਡੀਓ ਆ ਉਹਦੇ 'ਚ ਇੱਕ ਇਹ ਵਹਿੜ ਬਾਈ ਨੇ ਵਿਕਾਊ ਕੀਤੀ ਆ, ਬੜਾ ਮਜ਼ਬੂਤ ਜਿਹਾ ਢਾਂਚਾ ਦੱਸੋ ਇਸ ਵਹਿੜ ਦਾ, ਪਿਓਰ ਜਰਸੀ ਨਸਲ ਘਰੇ ਰੱਖੀ ਹੋਈ ਵਹਿੜ ਆ। ਪਿਛਲੇ ਸੂਏ 'ਚ ਦੁੱਧ ਬਾਈ ਦੱਸਦਾ ਵੀ ਇਹਨੇ ਬਹੁਤ ਚੰਗਾ ਦਿੱਤਾ, ਡਿਟੇਲ ਪਹਿਲਾਂ ਪੁੱਛਾਂਗੇ, ਤੋਰਨੀ ਉਦੋਂ ਬਾਅਦ 'ਚ ਹੈ। ਬਾਕੀ ਬੇਨਤੀ ਹੈ ਵੀ ਜਿਹਨੂੰ ਵਹਿੜ ਇਹ ਪਸੰਦ ਆ ਜੂਗੀ ਉਹ ਵੀਰ ਆ ਕੇ ਦੇਖ ਸਕਦਾ, ਤਸੱਲੀ ਕਰ ਸਕਦਾ, ਆਪਦੀ ਸਮਝ ਨਾਲ ਤੁਸੀਂ ਖਰੀਦੋਗੇ, ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਆਓ ਡਿਟੇਲ ਪੁੱਛੀਏ, ਬਾਅਦ 'ਚ ਇਹਨੂੰ ਫਿਰ ਆਪਾਂ ਜਿਹੜਾ ਉਹ ਤੋਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸਿਓ ਵੀਰ ਆਪਣਾ। ਬਾਈ ਜੀ ਨਾਮ ਆਪਣਾ ਯਾਦਵਿੰਦਰ ਸਿੰਘ ਹੈ ਜੀ। ਯਾਦਵਿੰਦਰ ਬਾਈ, ਜਰਸੀ ਦਾ ਹੀ ਸ਼ੌਂਕ ਹੈ? ਹਾਂਜੀ ਬਾਈ ਜੀ। ਪਹਿਲਾਂ ਤੋਂ ਹੀ ਘਰ 'ਚ ਰੱਖੀਆਂ ਜਾਂ ਮਤਲਬ ਬਾਅਦ 'ਚ ਬਣਿਆ ਕੋਈ? ਨਹੀਂ ਬਾਈ ਜੀ, ਪਹਿਲਾਂ ਤੋਂ ਰੱਖਦੇ ਆਪਾਂ ਘਰ 'ਚ ਜਰਸੀ ਗਾਵਾਂ। ਠੀਕ ਹੈ, ਵਪਾਰ ਵੀ ਕਰ ਲੈਂਦੇ ਹੋ? ਹਾਂਜੀ ਬਾਈ, ਵਪਾਰ ਦਾ ਕੰਮ ਵੀ ਕਰ ਲੈਂਦੇ ਆਪਾਂ। ਤੇ ਵਪਾਰ 'ਚ ਹਰੇਕ ਤਰ੍ਹਾਂ ਦਾ ਪਸ਼ੂ ਆਉਂਦਾ ਕਿ ਜਰਸੀ? ਨਹੀਂ, ਕੱਲੀਆਂ ਜਰਸੀਆਂ ਲੈਂਦੇ ਬਾਈ ਜੀ ਆਪਾਂ। ਕੱਲੀਆਂ ਜਰਸੀ? ਹਾਂਜੀ। ਠੀਕ ਹੈ। ਅੱਛਾ, ਜਿਹੜੀ ਅੱਜ ਇਹ ਜਰਸੀ ਵੇਚਣ ਲੱਗੇ ਹੋ, ਹਾਂਜੀ, ਕਿੰਨਵਾਂ ਸੂਆ? ਇਹ ਦੂਜਾ ਸੂਆ ਬਾਈ ਜੀ। ਦੂਜਾ ਸੂਆ? ਪਹਿਲੇ ਸੂਏ ਘਰੇ ਸੀ ਆਪਣੇ ਕੋਲ? ਹਾਂਜੀ, ਪਹਿਲੇ ਸੂਏ ਆਪਣੇ ਘਰੇ ਸੀ। ਅੱਛਾ, ਕੋਈ ਸੀਮਨ ਦੀ ਡਿਟੇਲ ਇਹਦੀ ਪਤਾ ਹੋਵੇ ਕਿਹੜੇ? ਨਹੀਂ, ਆਪ ਨਹੀਂ ਕਿਹੜੇ ਸੀਮਨ ਦੀ ਪਤਾ, ਜਿਹੜਾ ਇਹ ਲੱਗਿਆ ਉਹ ਪੀਡੀਐਫ ਦਾ ਕ੍ਰੇਜ਼ ਸੀਮਨ ਲੱਗਿਆ ਜੀ। ਪੀਡੀਐਫ ਦਾ ਕ੍ਰੇਜ਼ ਲੱਗਾ? ਹਾਂਜੀ। ਇਹਦਾ ਆਪਦਾ ਨਹੀਂ ਪਤਾ ਕਿਹੜੇ? ਆਪਦਾ ਨਹੀਂ ਪਤਾ ਜੀ। ਦੁੱਧ ਦਾ ਕੀ ਰਿਕਾਰਡ ਹੈ? ਇਹਦਾ 30-32 ਟਰਾਪਾ ਬਾਈ ਜੀ ਚੋਇਆ ਪਹਿਲੇ ਸੂਏ ਤੋਂ ਉਹਦੇ ਦਾ। ਠੀਕ ਹੈ। ਅੱਛਾ, ਉਹ ਵੈਸੇ ਕਿਸੇ ਮੇਲੇ ਮੂਲੇ 'ਚ ਵੀ ਪਾਉਣੇ? ਨਹੀਂ ਬਾਈ ਜੀ, ਮੇਲੇ 'ਚ ਨਹੀਂ ਪਾਈ। ਕਿੰਨੇ ਦਿਨ ਲਊਗੀ ਸੂਣ 'ਚ? ਇਹਦੇ 7 ਤਰੀਕ ਨੂੰ ਦਿਨ ਪੂਰੇ ਹੈ ਜੀ। 7 ਮਾਰਚ ਨੂੰ? ਹਾਂਜੀ। ਠੀਕ ਹੈ। ਅੱਛਾ, ਅੱਜ 2 ਮਾਰਚ ਨੂੰ ਦਿਨ ਵੀਡੀਓ ਬਣਾ ਰਹੇ ਆ, 5 ਦਿਨ ਪਏ ਆ ਫਿਰ? ਹਾਂਜੀ ਬਾਈ ਜੀ। ਕੀ ਡਿਮਾਂਡ ਰਹੂਗੀ, ਰੇਟ ਕੀ ਰੱਖਦੇ? ਇਹਦਾ ਬਾਈ ਜੀ 2,25,000 ਰੁਪਏ ਮੁੱਲ ਕਰ ਦਿੰਦੇ। 2,25,000 ਰੁਪਏ ਡਿਮਾਂਡ ਹੈ? ਹਾਂਜੀ। ਅੱਛਾ, ਫਿਕਸ ਤਾਂ ਨਹੀਂ ਰੇਟ? ਨਹੀਂ, ਫਿਕਸ ਨਹੀਂ, ਕੋਈ ਮਾਨ ਤਾਂ ਕਰ ਦਾਂਗੇ ਜੀ। ਠੀਕ ਹੈ, ਖੋਲੀ ਬਾਈ ਇਹਨੂੰ। ਸੋ ਦੱਸੋ, ਇਹਦੇ ਆਪਦਾ ਨਹੀਂ ਪਤਾ ਵੀ ਇਹ ਕਿਹੜੇ ਸੀਮਨ ਦੀ ਆ, ਪਰ ਪੀਡੀਐਫ ਦੇ ਕ੍ਰੇਜ਼ ਬੁੱਲ ਤੋਂ ਇਸ ਟਾਈਮ ਗੱਬਣ ਹੈ। ਜਰਸੀ ਬਰੀਡ ਦੂਜਾ ਸੂਆ, ਹਵਾਨਾ ਤਾਂ ਦੱਸੋ ਤੁਸੀਂ ਦੇਖੋਗੇ ਕਰਮ ਵਾਲੀ ਦਾ, ਕਮਾਲ ਦਾ ਤਿਆਰ ਹੈ। ਉੱਥੇ ਸਾਹਮਣੇ ਫਰਸ਼ 'ਤੇ ਬੰਨੀ ਬਾਈ ਇਹਨੂੰ ਮੈਂ। ਸੋ ਦੱਸੋ, ਅੱਗੇ ਨੂੰ ਹਵਾਨਾ ਦੇਖ ਸਕਦੇ ਹੋ, ਪਛਾਣ ਨੂੰ ਹਵਾਨਾ ਤੁਸੀਂ ਦੇਖ ਲਓ, ਜੇ ਚੌੜਾ ਹਵਾਨਾ ਤੁਹਾਡੇ ਸਾਹਮਣੇ ਨਜ਼ਰ ਆਊਗਾ ਤੁਹਾਨੂੰ। ਪਿਛਲਾ ਸੂਆ ਬਾਈ ਕਹਿੰਦਾ ਘਰੇ ਚੋਈ ਹੈ ਅਤੇ 30-32 ਲੀਟਰ ਦੁੱਧ ਇਹਦੇ ਥੱਲਿਓਂ ਚੋਇਆ ਪਿਛਲੇ ਸੂਏ ਦੇ ਵਿੱਚ। ਵਜ਼ਨ ਤੁਸੀਂ ਗਾਂ ਦਾ ਦੇਖ ਸਕਦੇ ਹੋ, ਫੁੱਲ ਹੈਵੀ ਵੇਟ ਹੈ। ਦੱਸੋ ਇੱਕ ਹੋਰ ਚੀਜ਼ ਜੋ ਮੈਂ ਨੋਟ ਕਰ ਰਿਹਾ, ਦੱਸੋ ਪਿਛਲਾ ਟਾਈਮ ਲੰਪੀ ਸਕਿਨ ਦਾ ਪਿਛਲੇ ਸੂਏ ਸਾਲ 'ਚ ਲੰਘਿਆ ਸੀ, ਪਰ ਇਹਦੇ ਕਿਤੇ ਵੀ ਕੋਈ ਇੱਦਾਂ ਦਾ ਨਿਸ਼ਾਨ ਨਹੀਂ ਹੈ ਵੀ ਜਿਹਦਾ ਕਿਤੇ ਇਹ ਲੰਪੀ ਦੇ ਵਿੱਚ ਆਈ ਹੋਵੇ, ਜੋ ਮੈਨੂੰ ਸਾਹਮਣੇ ਜਿਹੜਾ ਮੈਂ ਦੇਖ ਰਿਹਾ ਮੈਨੂੰ ਕਿਤੋਂ ਨਜ਼ਰ ਨਹੀਂ ਆ ਰਿਹਾ। ਸਾਫ਼ ਰੰਗ ਆ ਦੱਸੋ, ਫੇਸ ਇਹਦਾ ਤੁਸੀਂ ਦੇਖ ਸਕਦੇ ਹੋ, ਬਾਕੀ ਆ ਕੇ ਵੀ ਦੇਖੋਗੇ ਗੂੜੇ ਰੰਗ ਦੇ ਵਿੱਚ ਇਹ ਜਰਸੀ ਜਿਹੜੀ ਅੱਜ ਬਾਈ ਨੇ ਵਿਕਾਊ ਕੀਤੀ ਹੈ। ਥਣਾਂ ਦੇ ਵਿੱਚ ਬਿੱਥੀ ਬੜੀ ਚੰਗੀ ਹੈ, ਬਾਕੀ ਹਜੇ ਥਣ ਦਾ ਸਹਿਜ ਜਿਹੜਾ ਜਿਵੇਂ ਜਿਵੇਂ ਪਸਮਾ ਪਸ਼ੂ ਕਰਦਾ ਦੁੱਧ ਭਰੂਗੀ ਤਾਂ ਉਵੇਂ ਖੋਲੂਗੀ। ਪਰਲੇ ਥਣ ਦੇ ਵਿੱਚ ਅਤੇ ਉਰਲੇ ਅਗਲੇ ਥਣ ਦੇ ਵਿੱਚ ਬਿੱਥੀ ਨੋਟ ਕਰ ਲਓ ਜੇ, ਕਾਫੀ ਚੰਗਾ ਚੌੜਾ ਹਵਾਨਾ ਅੱਗੋਂ ਵੀ ਹੈ ਬਈ। ਹੋਰ ਗੇੜਾ ਕਢਾਇਓ, ਖੋਲਿਓ ਉਹਨੂੰ। ਸੋ ਹੋਰ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ। ਵੈਸੇ ਵੀਰ ਵਪਾਰ ਵੀ ਕਰਦਾ ਬਾਈ, ਕਹਿੰਦਾ ਵੀ ਮੈਂ ਜਰਸੀ ਗਾਵਾਂ ਹੀ ਜ਼ਿਆਦਾ ਖਰੀਦਦਾ, HF ਘੱਟ ਆਉਂਦੀ ਹੈ। ਸੋ ਨਾਗ ਅੱਜ ਦੀ ਵੀਡੀਓ 'ਚ ਇਹਨਾਂ ਦੇ ਇਹ ਘਰ ਦੀ ਵਹਿੜ ਹੈ ਜਿਹੜੀ ਬਾਈ ਨੇ ਵਿਕਾਊ ਕੀਤੀ ਹੈ। ਸੋ ਦੱਸੋ, ਫਿਰ ਥੋੜ੍ਹੀ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ ਇੱਦਾਂ ਦਾ ਰੌਖੇ ਦੇ ਹਵਾਨੇ ਦਾ। ਬਾਕੀ ਆ ਕੇ ਚੰਗੀ ਰਕਮ ਦੇ ਵਿੱਚ ਤੁਸੀਂ ਖਰੀਦੋਗੇ, ਜਿਹੜਾ ਵੀਰ ਖਰੀਦਦਾ ਤਾਂ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਪਸ਼ੂ ਵੀ ਦੇਖਿਆ ਜਾਵੇ। ਉਹ ਕਾਫੀ ਹੈਵੀ ਵੇਟ ਦੇ ਵਿੱਚ ਤੁਹਾਨੂੰ ਜਰਸੀ ਗਾਂ ਦਿਖਾ ਰਹੇ ਹਾਂ। ਦੱਸੋ, ਹਵਾਨਾ ਮੈਂ ਪਹਿਲਾਂ ਹੀ ਦੱਸ ਰਿਹਾ ਵੀ ਇਹਦਾ ਕਾਫੀ ਚੌੜਾ ਦਿਸਦਾ, ਉਹ ਚੰਗੀ ਕੁਆਲਿਟੀ ਦਾ ਹਵਾਨਾ, ਅਤੇ ਹਜੇ 5 ਦਿਨ ਪਏ ਆ ਦਿਨ ਪੂਰੇ ਹੋਣ 'ਚ। ਜੇ ਦਿਨ 200 ਉੱਤੇ ਵੀ ਲੈਂਦੀ ਹੈ ਤਾਂ ਹਵਾਨੇ ਦਾ ਅੰਦਾਜ਼ਾ ਲਾਓ ਵੀ ਇਹ ਕਿੰਨਾ ਕੁ ਤਕੜਾ ਬਣਾ ਜੂਗੀ। ਕੱਟ ਵਾਲਾ ਹਵਾਨਾ ਹਜੇ ਉੱਪਰੋਂ ਥੋੜ੍ਹਾ ਜਿਹਾ ਢਿੱਲਾ ਦਿਸਦਾ ਹਵਾਨਾ, ਹਾਲਾਂਕਿ ਖੁੱਚਾਂ ਤੋਂ ਉੱਤੇ ਹੀ ਹੈ, ਇੱਧਰੋਂ ਜੇ ਆਪਾਂ ਇਹਨੂੰ ਦੇਖਦੇ ਹਾਂ ਤਾਂ ਇੱਕੋ ਜਿਹੇ ਸਾਈਜ਼ ਦਾ ਹਵਾਨਾ। ਬਾਈ ਇਹਦੀ ਚਵਾਈ ਫਿਰ ਹੱਥੀਂ ਕਰਦੇ ਰਹੇ ਕੋਈ ਮਸ਼ੀਨ? ਠੀਕ ਹੈ। ਸੋ ਠੰਡੀ ਸੀਲ ਬਹੁਤ ਹੈ ਜੀ ਬਾਈ, ਓਕੇ। ਸੋ ਠੰਡੀ ਸੀਲ ਤਾਂ ਫੁੱਲ ਹੈ, ਵੈਸੇ ਇਹ ਮਿਲਕਿੰਗ ਮਸ਼ੀਨ ਨਹੀਂ ਵੀਰ ਕੋਲ ਲੱਗੀ ਵੀ ਹੱਥੀਂ ਚਵਾਈ ਇਸ ਗਾਂ ਦੀ ਬਾਈ ਕਰਦਾ ਰਿਹਾ। ਸੋ ਦੱਸੋ, ਇੱਕ ਹੀ ਨਾਗ ਸੀ ਅੱਜ ਦੀ ਵੀਡੀਓ 'ਚ, ਜਿਹਨੂੰ ਜਚੇ ਉਹ ਵੀਰ ਕਾਲ ਕਰਕੇ ਖਰੀਦ ਸਕਦਾ। ਰੇਟ ਹਮੇਸ਼ਾ ਮਾਲਕ ਦੀ ਮਰਜ਼ੀ ਦਾ ਹੁੰਦਾ ਅਤੇ ਉਹਦੇ ਹਿਸਾਬ 'ਤੇ ਵੀਡੀਓ ਦੇ ਵਿੱਚ ਰੇਟ ਮਾਲਕ ਹੀ ਕਰਦਾ, ਜਾਂ ਕਈ ਵਾਰ ਕੁਛ ਰੇਟ ਹਾਈਡ ਵੀ ਹੁੰਦੇ ਆ। ਸੋ ਤੁਹਾਨੂੰ ਹੁਣ ਰੇਟ ਵੀਡੀਓ 'ਚ ਕਰਤਾ, ਬਾਕੀ ਆ ਕੇ ਤੁਸੀਂ ਫਾਈਨਲ ਕਰਿਓ ਜੀ। ਧੰਨਵਾਦ।